ਸਰਦਾਰ ਸ਼ਹੀਦ ਪਗਲ ਸਿੰਘ ਤੇ ਸ਼ਹੀਦੀ ਦਿਹਾੜੇ ਤੇ ਵਿਸ਼ੇਸ਼ ਅੰਗਰੇਜ਼ੀ ਹਕੂਮਤ ਦੀਆਂ ਜੜਾਂ ਹਿਲੋਣ ਵਾਲੇ ਕੌਮੀ ਸ਼ਹੀਦ ਨੂੰ ਸੱਚ ਦਾ ਪਗਲ ਸਿੰਘ ਦਾ ਜਨਮ 28 ਸਤੰਬਰ 1907 ਦਿਨ ਸ਼ਨੀਚਰਵਾਰ ਨੂੰ ਸਵੇਰੇ 9:30 ਵਜੇ ਲਾਇਲਪੁਰ ਜ਼ਿਲ੍ਹੇ ਦੇ ਪਿੰਡ ਬੰਗਾ ਵਿੱਚ ਹੋਇਆ ਉਸਦੇ ਦਾਦੇ ਸਰਦਾਰ ਅਰਜਨ ਸਿੰਘ ਨੇ 1800 ਨੜਿੰਮੇ ਦੇ ਨੇੜੇ ਟੇੜੇ ਜਿਲ੍ਹਾ ਜਲੰਧਰ ਨਵਾਂ ਸ਼ਹਿਰ ਵਿਚਲੇ ਆਪਣੇ ਜੱਤੀ ਪਿੰਡ ਖਟਕੜ ਕਲਾ ਤੋਂ ਪ੍ਰਵਾਸ ਕਰਨ ਦਾ ਫੈਸਲਾ ਕਰ ਲਿਆ ਸੀ ਅਸਲ ਦੇ ਵਿੱਚ ਉਸ ਵੇਲੇ अनेका ਕਿਸਾਨ ਪੂਰਬੀ ਪੰਜਾਬ ਤੋਂ ਪੱਛਮੀ ਪੰਜਾਬ ਦੇ ਵਿੱਚ ਜਾ ਵਸੇ ਸਨ ਕਿਉਂਕਿ ਉਹਨਾਂ ਦੀਆਂ ਅੱਖਾਂ ਉੱਥੋਂ ਦੀਆਂ ਨਹਿਰੀ ਕਲੋਨੀਆਂ ਦੀ ਜਲ ਖੇਜ਼ ਅਤੇ ਅਛੋਪਈ ਜ਼ਮੀਨ ਦੇ ਉੱਤੇ ਲਲਚਾਈਆਂ ਹੋਈਆਂ ਸਨ ਜਿਹੜੀ ਹੁਣ ਨਵੀਆਂ ਪੁਟੀਆਂ ਗਈਆਂ ਨਹਿਰਾਂ ਦੁਆਰਾ ਸਿੰਜੀ ਜਾਣ ਲੱਗ ਪਈ ਐ ਸਰਦਾਰ ਅਰਜਨ ਸਿੰਘ ਇੱਕ ਆਰਿਆ ਸਮਾਜੀ ਸੀ ਕਾਂਗਰਸ ਦਾ ਇੱਕ ਸਰਗਰਮ ਮੈਂਬਰ ਹੋਣ ਤੋਂ ਇਲਾਵਾ ਉਹ ਰੂੜੀਵਾਦੀ ਸਮਾਜਿਕ ਵਿਚਾਰਾਂ ਬੋਰੀਤਾ ਅਤੇ ਖਾਸ ਕਰਕੇ ਜਾਤ ਪਾਤ ਦਾ ਕੱਟੜ ਵਿਰੋਧੀ ਸੀ ਇਸ ਕਰਕੇ ਇਹ ਕੋਈ ਹੈਰਾਨੀ ਵਾਲੀ ਗੱਲ ਨਹੀਂ ਕਿ ਉਹ ਉਸਦੇ ਤਿੰਨੇ ਪੁੱਤਰ ਸਰਦਾਰ ਕ੍ਰਿਸ਼ਨ ਸਿੰਘ ਪਗਲ ਸਿੰਘ ਦਾ ਪਿਤਾ ਸਰਦਾਰ ਅਜੀਤ ਸਿੰਘ ਅਤੇ ਸਰਦਾਰ ਸਵਰਨ ਸਿੰਘ ਅਜਾਤੀ ਸੰਘਰਸ਼ ਦੀ ਗਰਮ ਖਿਆਲੀ ਧਾਰਾ ਦੇ ਵਿੱਚ ਸ਼ਾਮਲ ਹੋ ਗਏ। ਸ਼ਹੀਦ ਦਾ ਜਨਮ ਸਾਲ 1907 ਪੰਜਾਬ ਦੇ ਵਿੱਚ ਰਾਜ ਸੀ ਉੱਥਲ-ਪੁਥਲ ਦਾ ਸਾਲ ਸੀ ਕੌਮੀ ਪੱਦਰ ਤੇ 1905 ਦੇ ਵਿੱਚ ਹੋਈ ਬੰਗਾਲ ਦੀ ਵੰਡ ਇਸ ਸਨਹਿਚਲ ਦਾ ਕਾਰਨ ਬਣੀ ਅਤੇ ਪੰਜਾਬ ਦੇ ਲਈ ਇਸ ਦਾ ਆਧਾਰ ਪੰਜਾਬ ਕੋਲੋਨਾਈਜੇਸ਼ਨ ਐਕਟ ਬਣਿਆ। ਇਸੇ ਤਰ੍ਹਾਂ ਹੀ ਹਕੂਮਤ ਨਹਿਰੀ ਕਲੋਨੀਆਂ ਦੇ ਵਿੱਚ ਆਬਾਦ ਹੋਏ ਕਿਸਾਨਾਂ ਤੋਂ ਉਹਨਾਂ ਦੀ ਪੌਂਦੀ ਦੀ ਮਾਲਕੀ ਦੇ ਹੱਕ ਖੋਲਣਾ ਚਾਹੁੰਦੀ ਸੀ ਉਹ ਪੌਂਦੀ ਜਿਹੜੀ ਉਹਨਾਂ ਕਰਣੀ ਕਾਲਾਂ ਦੇ ਨਾਲ ਜਾਨ ਮਾਰ ਕੇ ਵਾਹੀ ਯੁੱਗ ਬਣਾਈ ਸੀ ਡੋਰਪੁਰ ਹੋਏ ਕਿਸਾਨ ਆਪਣੇ ਤਿੜਕੇ ਹੋਏ ਸਵੈਮਾਨ ਨੂੰ ਗੰਡ ਮਾਰਨ ਲਈ ਪਗੜੀ ਸੰਭਾਲੋ ਜਟਾ ਉਗਾਂ ਲੱਗ ਪਈ ਜੇ ਇਸ ਤਰ੍ਹਾਂ ਕੀ ਉਮੀਦ ਹੀ ਸੀ ਸਰਦਾਰ ਅਰਜਨ ਸਿੰਘ ਦਾ ਪਰਿਵਾਰ ਇਸ ਸੰਤੋਲਨ ਦੀਆਂ ਮੁਹਰੀ ਸਫਾਂ ਤੇ ਵਿੱਚ ਆਣ ਕੇ ਡਟਿਆ ਜਿਸ ਦਾ ਨਤੀਜਾ ਇਹ ਹੋਇਆ ਕਿ ਸਰਦਾਰ ਕ੍ਰਿਸ਼ਨ ਸਿੰਘ ਨੂੰ ਨੇਪਾਲ ਦਾ ਦੇਸ਼ ਨਿਕਾਲਾ ਸਰਦਾਰ ਅਜੀਤ ਸਿੰਘ ਨੂੰ ਬਰਮਾ ਦੀ ਜਲਾਵਤਨੀ ਅਤੇ ਸਰਦਾਰ ਸਵਰਨ ਸਿੰਘ ਨੂੰ ਕੈਦ ਹੋ ਕੇ ਸ਼ਹੀਦਾ ਜਨਮ ਸ਼ੁੱਭ ਨਛੱਤਰਾਂ ਦੇ ਵਿੱਚ ਉਹਨਾਂ ਤਿੰਨਾਂ ਤੇ ਵਾਪਸ ਪਰਤਨ ਦੀ ਖਬਰ ਦੇ ਨਾਲ ਕੀ ਹੋਇਆ ਉਸ ਦਾ ਨਿੱਕਾ ਨਾਮ ਭਾਗਾ ਵਾਲਾ ਰੱਖਿਆ ਗਿਆ ਜੋ ਬਾਅਦ ਵਿੱਚ ਭਗਤ ਸਿੰਘ ਹੋ ਗਿਆ ਉਹਨਾਂ ਜਿਸ ਨੇ ਇੱਕ ਲੋਕ ਗਾਥਾ ਬੰਨ੍ਹਣਾ ਸੀ ਵਿਦ ਮਾਤਾ ਬੱਚੇ ਨੂੰ ਵੇਖ ਕੇ ਮੁਸਕਰਾਏ ਪਰ ਇੱਕ ਵੱਖਰੇ ਹੀ ਅੰਦਾਜ਼ ਦੇ ਵਿੱਚ ਭਗਤ ਸਿੰਘ ਅਜਿਹਾ ਬੱਚਾ ਹੀ ਸੀ ਤੌਕਾਰ ਤੇ ਵਿੱਚ ਆਪਣੀਆਂ ਦੋ ਨਿਆਸੀਆਂ ਚਾਚੀਆਂ ਨੂੰ ਵੇਖਦਾ ਮਤਾ ਹਰਨਾਮਕੌਰ ਇਹ ਸਰਦਾਰ ਅਜੀਤ ਸਿੰਘ ਦੀ ਪਤਨੀ ਸੀ ਜਿਸ ਨੂੰ ਜਲਾਵਤਨ ਕਰ ਦਿੱਤਾ ਗਿਆ ਸੀ ਅਤੇ ਉਸਦੇ ਜਿਉਂਦਾ ਹੋਣ ਦਾ ਯਕੀਨ ਵੀ ਨਹੀਂ ਸੀ ਅਤੇ ਮਤਾ ਹਕਮਕੌਰ ਸਰਦਾਰ ਸਵਰਨ ਸਿੰਘ ਦੀ ਕਰਵਾਲੀ ਸੀ ਜੋ 1990 ਦੇ ਵਿੱਚ ਮਹਿਜ਼ 2 ਕੁ ਸਾਲਾਂ ਦੀ ਪਰੇ ਜਵਾਨੀ ਦੇ ਵਿੱਚ ਜੇਲ੍ਹ ਦੇ ਵਿੱਚ ਅਕਾਲ ਚਲਾਣਾ ਕਰਕੇ ਆ ਸੀ ਉਹ ਦੋਵੇਂ ਮੁੰਡੇ ਤੋਂ ਜਾਨ ਛਿਣਕਦਿਆਂ ਸਨ ਜਿਸ ਨੇ ਉਸ ਨਿੱਕੀ ਜਹੀ ਉਮਰੇ ਵੀ ਉਹਨਾਂ ਦੀ ਆਤਮਾ ਤੇ ਡੂੰਗੀ ਉਦਾਸੀ ਦਾ ਥਾ ਬਾਲੇਸੀ ਮਰਜ਼ ਨੂੰ ਪਛਾਨਣ ਦੇ ਵਿੱਚ ਕੋਈ ਬਹੁਤਾ ਸਮਾਂ ਨਹੀਂ ਲੱਗਾ ਅਤੇ ਉਸਨੇ ਬਿਲਕੁਲ ਠਕਵੀਂ ਪਛਾਣ ਕੀਤੀ ਕਿ ਇਸ ਬਿਮਾਰੀ ਦੀ ਜੜ ਵਿਦੇਸ਼ੀਆਂ ਦਾ ਅਤਿਆਚਾਰੀ ਸ਼ਾਸਨ ਹੈ ਉਹ ਸਕੂਲੋਂ ਪੜ ਕੇ ਆਉਂਦਾ ਤਾਂ ਬੜੀ 마ਸੂਮੀਅਤ ਨਾਲ ਆਪਣੀ ਚਾਚੀ ਹਰਨਾਮ ਕੋਲ ਨੂੰ ਪੁੱਛਦਾ ਕਿ ਚਾਚਰ ਜੀ ਦੀ ਕੋਈ ਚਿੱਠੀ ਆਈ ਹੈ ਉਹ ਨਹੀਂ ਸੀ ਜਾਣਦਾ ਕਿ ਸਵਾਲ ਨਾਲ ਚਾਚੀ ਦੇ ਮਨ ਦੇ ਵਿੱਚ ਜਜ਼ਬਾਤਾਂ ਦਾ ਜਵਾਲਾਮੁਖੀ ਖੋਲਣ ਲੱਗ ਪਵੇਗਾ ਜਵਾਬ ਦੇਣ ਤੋਂ ਅਸਮਰਥ ਚਾਚੀ ਦੇ ਚਿਹਰੇ ਦੇ ਉਦਾਸ ਹਾਫ-ਪਾਹ ਵੀ ਕਿਉਂ ਪੜਕੁਰਤਾ ਅਤੇ ਪੂਰੇ ਜੋਸ਼ ਤੇ ਵਿੱਚ ਆ ਕੇ ਬੋਲਦਾ ਕਿ ਜਦੋਂ ਵੱਡਾ ਹੋ ਗਿਆ ਤਾਂ ਹਿੰਦੁਸਤਾਨ ਨੂੰ ਆਜ਼ਾਦ ਕਰਾਉਣ ਲਈ ਉਹ ਬੰਦੂਕ ਲੈ ਕੇ ਅੰਗਰੇਜ਼ਾਂ ਦੇ ਨਾਲ ਲੜੇਗਾ ਅਤੇ ਆਪਣੇ ਚਾਚੇ ਨੂੰ ਵਾਪਸ ਲਿਆਏਗਾ ਮਜ਼ਲੂਮਾਂ ਦੇ ਨਾਲ ਹਮਦਰਦੀ ਅਤੇ ਜ਼ਾਲਮਾਂ ਦੇ ਖਿਲਾਫ ਗੁੱਸਾ ਉਸ ਦੇ ਦਿਲ ਦੀਆਂ ਡੂੰਘਾਣਾਵਾਂ ਦੇ ਵਿੱਚ ਬਹਿ ਗਿਆ ਕਿਉਂਕਿ ਉਹਨਾਂ ਦੇ ਘਰ 1914 ਤੋਂ 15 ਤੱਕ ਗਦਰੀਆਂ ਸਮੇਤ ਹਰ ਤਰ੍ਹਾਂ ਦੇ ਗਰਮ ਖਿਆਲੀਆਂ ਤੋਂਣਾ ਜਾਣਾ ਲੱਗਿਆ ਰਹਿੰਦਾ ਸੀ ਉਹਨਾਂ ਦੇ ਵਿੱਚੋਂ ਨੌਜਵਾਨ ਨਾਇਕ ਕਰਤਾਰ ਸਿੰਘ ਸਤਾਪਾ ਉਸਦਾ ਅਦਸ਼ ਪਣ ਗਿਆ 13 ਅਪ੍ਰੈਲ 1919 ਨੂੰ ਵਿਸਾਖੀ ਦੇ ਮੁਬਾਰਕ ਦਿਹਾੜੇ ਅੰਮ੍ਰਿਤਸਰ ਦੇ ਵਿੱਚ ਜਲਿਆਂਵਾਲੇ ਬਾਗ ਦੇ ਸਾਕੇ ਨੇ ਦੇਸ਼ ਨੂੰ ਤੁਰੰਤ ਤੱਕ ਹਿਲਾ ਕੇ ਰੱਖ ਦਿੱਤਾ ਨੌਜਵਾਨ ਪਗਲ ਸਿੰਘ 14 ਅਪ੍ਰੈਲ ਨੂੰ ਉਸ ਖੂਨੀ ਥਾਂ ਤੇ ਜਾਣੋਂ ਨਾ ਰੁਕ ਸਕਿਆ ਅਤੇ ਉੱਥੋਂ ਉਸਨੇ ਲਹੂ ਪੀਜੀ ਮਿੱਟੀ ਚੋਕੇ ਸਾਰੀ ਉਮਰ ਤੇ ਲਈ ਇੱਕ ਨਿਸ਼ਾਨੀ ਵਜੋਂ ਸੰਭਾਲ ਲਈ ਉਸ ਦਿਨ ਉਹ ਸਕੂਲ ਜਾਂਦੀ ਬਚਾਈ ਸਿੱਧਾ ਅੰਮ੍ਰਿਤਸਰ ਗਿਆ ਉਥੋਂ ਸ਼ਾਮ ਨੂੰ ਵਾਪਸ ਆਉਂਦਿਆਂ ਕਾਫੀ ਕਵੇਲਾ ਹੋ ਗਿਆ ਤਾਂ ਬੁਰੀ ਤਰ੍ਹਾਂ ਕਪੜਾਏ ਅਤੇ ਬੇਚੈਨ ਹੋਏ ਪਰ ਵਾਰਕ ਮੈਂਪਰਾਤੇ ਸਾਸੋ ਖੂਨ ਦੇ ਸਹੋਲੀ ਦੇ ਨਾਲ ਸਾਡੇ ਆਜ਼ਾਦ ਸੰਗਰਾਮ ਦੇ ਇਤਿਹਾਸ ਵਿੱਚ ਇੱਕ ਕ੍ਰਾਂਤੀਕਾਰੀ ਪਰਵਰਤਨ ਆਇਆ ਸੀ ਸਗੋਂ ਸ਼ਹੀਦ ਦੀ ਜ਼ਿੰਦਗੀ ਦੇ ਵਿੱਚ ਵੀ ਇੱਕ ਤਿੱਖਾ ਮੋੜ ਸਾਬਿਤ ਹੋਇਆ ਇਸ ਤੋਂ ਸਿਰਫ 2 ਸਾਲਾਂ ਬਾਅਦ ਖੂਨ ਦੀ ਇੱਕ ਹੋਰ ਹੋਲੀ ਹੋਈ ਪਹਿਲੇ ਸਿੱਖ ਗੁਰੂ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਜਨਮ ਸਥਾਨ ਗੁਰਦੁਆਰਾ ਸ਼੍ਰੀ ਨਨਕਾਣਾ ਸਾਹਿਬ ਦੇ ਵਿੱਚ ਖੇਦੀ ਗਈ ਜਦੋਂ 20 ਫਰਵਰੀ 1900 21 ਨੂੰ ਲਗਭਗ 150 ਨਿਹੱਥੇ ਸਿੱਖੇ ਸ਼ਰਤਾਲੂ ਕਤਲ ਕਰ ਦਿੱਤੇ ਗਏ ਅਤੇ ਉਹਨਾਂ ਦੀਆਂ ਲਾਸ਼ਾਂ ਨੂੰ ਮਿੱਟੀ ਦਾ ਤੇਲ ਛੜਕ ਕੇ ਸਾਤਿਤਾ ਗਿਆ। ਭਾਵੇਂ ਕਿ ਸਾਫ਼ ਤੌਰ ਤੇ ਹੀ ਇੱਕ ਧਾਰਮਿਕ ਮਾਮਲਾ ਸੀ ਪਰ ਇਸ ਦਾ ਇੱਕ ਰਾਜਨੀਤਿਕ ਪਹਿਲੂ ਵੀ ਸੀ। ਅਸਲ ਦੇ ਵਿੱਚ ਇਹ ਨਰ ਸਹਾਰ ਬਦਮਾਸ਼ ਅਤੇ ਦੁਰਾਚਾਰੀ ਮਹੰਤਾ ਦੁਆਰਾ ਕੀਤਾ ਗਿਆ ਸੀ ਜਿਹੜੇ ਗੁਰਦੁਆਰਿਆਂ ਦਾ ਪ੍ਰਬੰਧ ਚਲਾਉਂਦੇ ਸੀ ਅਤੇ ਧਾਰਮਿਕ ਸਥਾਨਾਂ ਦੇ ਨਾਂ ਤੇ ਬੇTHA ਜ਼ਮੀਨ ਜੈ ਜਾਤੀ ਦਰਬਾਰਤੋ ਕਰਦੇ ਸੀ ਸੇਖੋਨਾ ਮਹਾਂਤਾਂ ਨੂੰ ਅਰ ਅਤਰਮੀ ਮੰਨਦੇ ਸੀ ਅਤੇ ਉਹਨਾਂ ਨੂੰ ਗੁਰਦੁਆਰਿਆਂ ਚੋਂ ਬਾਹਰ ਕੱਢਣ ਦੇ ਲਈ ਇੱਕ ਗੁਰਦੁਆਰਾ ਸੁਧਾਰ ਲਹਿਰ ਚਲਾਈ ਗਈ ਪਰ ਹਕੂਮਤ ਮਹਾਂਤਾਂ ਦੀ ਪਿੱਠ ਪੂਰ ਰਹੀ ਸੀ ਭਗਤ ਸਿੰਘ ਜਦੋਂ 5 ਮਾਰਚ 1921 ਨੂੰ ਉੱਥੇ ਰੱਖੀ ਗਈ ਇੱਕ ਬਹੁਤ ਵੱਡੀ ਕਾਨਫਰੰਸ ਵਿੱਚ ਸ਼ਾਮਲ ਹੋਣ ਦੇ ਲਈ ਨਨਕਾਣਾ ਸਾਹਿਬ ਗਿਆ ਤਾਂ ਇੱਕ ਵਾਰ ਫਿਰ ਤੁਰੰਤੋਂ ਝੰਝੋੜਿਆਂ ਕਿਆ ਹਕੂਮਤ ਦੇ ਵਿਰੋਧ ਅਤੇ ਨਾ ਫਰਮਾਨੀ ਦੇ ਚਿੰਨ ਵਜੋਂ ਉਸ ਨੇ ਵੀ ਬਾਕੀ ਸਿੱਖਾਂ ਵਾਂਗ ਕਾਲੀ ਦਸਤਾਰ ਬੰਨ੍ਹਨੀ ਸ਼ੁਰੂ ਕਰ ਦਿੱਤੀ। ਇਸ ਤੋਂ ਇਲਾਵਾ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਲਈ ਪੰਜਾਬੀ ਗੁਰਮੁਖੀ ਸਿੱਖਣੀ ਵੀ ਸ਼ੁਰੂ ਕਰ ਦਿੱਤੀ ਜਿਸ ਨੂੰ ਪ੍ਰਾਚੀਨ ਸਮੇ ਤੋਂ ਹੀ ਧਰਮੀ ਅਤੇ ਸਭਿਆਚਾਰ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਠ ਕਰਨ ਲਈ ਵੱਟੀ ਗਿਣਤੀ ਦੇ ਵਿੱਚ ਸਿੱਖਦੇ ਰਹੇ ਸਨ। ਬਲਚਸਪ ਗਲਤ ਹੈ। ਕਿ ਪਗਲ ਸਿੰਘ ਪਹਿਲਾ ਹੀ ਉਰਦੂ, ਹਿੰਦੀ ਅਤੇ ਸੰਸਕ੍ਰਿਤ ਦੇ ਵਿੱਚ ਚੰਗੀ ਮੁਹਾਰਤ ਹਾਸਲ ਕਰ ਚੁੱਕਾ ਸੀ। ਸਗੋਂ ਅੰਗਰੇਜ਼ੀ ਸਿੱਖਣ ਲਈ ਬਾਅਦ ਦੇ ਵਿੱਚ ਉਸ ਨੂੰ ਕਾਫੀ ਮਿਹਨਤ ਕਰਨੀ ਪਈ। ਫਿਰ ਵੀ ਜਦੋਂ ਉਸ ਨੇ ਕਿਰਤੀ ਦਸਤਾਲੇ ਲਈ ਲੇਖ, ਲੜੀਆਂ ਜਿਨ੍ਹਾਂ ਦੇ ਵਿੱਚ ਬਹੁਤੀਆਂ ਸ਼ਹੀਦਾਂ ਦੀਆਂ ਜੀਵਨੀਆਂ ਹੁੰਦੀਆਂ ਸਨ, ਲਿਖਣੀਆਂ ਸ਼ੁਰੂ ਕਰ ਦਿੱਤੀਆਂ। ਪਹਿਲਾ ਪੰਜਾਬੀ ਸਿੱਖੀ ਹੋਈ ਹੋਣ ਕਰਕੇ ਉਸ ਲਈ بڑا ਸੁਖਾਲਾ ਰਿਹਾ। ਇਸ ਤੋਂ ਬਾਅਦ ਉਸ ਨੇ ਗਾਂਤੀ ਜਿ ਦੁਆਰਾ ਦਿੱਤੇ ਗਏ ਨਾਮ ਮਿਲਵਰਤਨ ਲਹਿਰ ਦੇ ਸੱਦੇ ਦੇ ਉਤੇ ਲਾਹੌਰ ਦਾ DJE ਸਕੂਲ ਛੜ ਦਿੱਤਾ ਨਾਮ ਮਿਲਵਰਤਨ ਲਹਿਰ ਦੌਰਾਨ ਗਾਂਧੀ ਜੀ ਨੇ ਵਿਦਿਆਰਥੀਆਂ ਨੂੰ ਅਪੀਲ ਕੀਤੀ ਕਿ ਉਹ ਹਕੂਮਤ ਤੋਂ ਸਹਾਇਤਾ ਪ੍ਰਾਪਤ ਜਾਂ ਮਨਤਾਪਪਰਪਲ ਸੰਸਥਾਵਾਂ ਨੂੰ ਛੱਡ ਕੇ ਨੈਸ਼ਨਲ ਸਕੂਲਾਂ ਕਾਲਜਾਂ ਦੇ ਵਿੱਚ ਦਾਖਲ ਹੋ ਜਾਣ। ਪਗਤ ਸਿੰਘ ਜੂ ਅਜੇ ਨੌਵੀਂ ਜਮਾਤ ਦੇ ਵਿੱਚ ਹੀ ਸੀ। ਵੀ ਨੈਸ਼ਨਲ ਕਾਲਜ ਲਾਹੌਰ ਦੇ ਵਿੱਚ ਦਾਖਲਾ ਲੈਣਾ ਚਾਹੁੰਦਾ ਸੀ। ਜਿਸ ਲਈ ਉਸ ਨੂੰ ਦਾਖਲੇ ਤੋਂ ਪਹਿਲਾਂ ਇੱਕ ਇੰਤਿਹਾਨ ਪਾਸ ਕਰਨਾ ਪੈਣਾ ਸੀ ਜਿਹੜਾ ਉਸਨੇ ਪਾਸ ਕਰ ਲਿਆ। ਇਸ ਕਾਲਜ ਦੇ ਵਿੱਚ ਪੜਦਿਆਂ ਉਹ ਸੁਖਦੇਵ, ਭਗਵਤੀ, ਚੰਨਪੂਰਾ, ਯਸ਼ਪਾਲ ਅਤੇ ਕੁਝ ਹੋਰ ਦੋਸਤਾਂ ਤੇ ਸੰਪਰਕ ਜਾਇਆ। ਇਹ ਦੋਸਤ ਉਸਦੇ ਭਵਿੱਖ ਦੇ ਸਾਥੀ ਸਨ। ਪਾਠਕ੍ਰਮ ਲਾਇਬ੍ਰੇਰੀ ਦੀਆਂ ਪੁਸਤਕਾਂ ਤੇ ਅਧਿਆਪਕਾਂ ਸਮੇਤ ਕੋਲਜ ਦਾ ਪੂਰਾ ਮਾਹੌਲ ਇਸ ਟੰਕ ਦੇ ਨਾਲ ਸਜਿਆ ਗਿਆ ਕਿ ਵਿਦਿਆਰਥੀਆਂ ਦੇ ਵਿੱਚ ਗਰਮ ਖਿਆਲ ਰਾਜਸੀ ਚੇਤਨਾ ਨੂੰ ਖੁਲਾਰਾ ਮਿਲੇ ਪਗਤ ਸਿੰਘ ਇੱਕ ਗੰਭੀਰ ਪਾਠਕ ਬਣ ਗਿਆ ਇਹ ਗੁਣ ਉਸ ਦੇ ਸੁਪਾਤਾ ਮਨੂ ਦੂਸਰਾ ਪਹਿਲੂ ਸੀ ਐਫਏ ਦਾ ਇਮਤਿਹਾਨ ਪਾਸ ਕਰਨ ਤੋਂ ਤੁਰੰਤ ਬਾਅਦ ਕਿ ਉਸ ਦੀ ਕਾਲਜੀ ਪੜਾਈ ਰੁਕ ਗਈ ਉਹ ਘਰ ਆ ਗਿਆ ਕਿਉਂਕਿ ਘਰਦੇ ਉਸ ਦਾ ਵਿਆਹ ਕਰਨ ਦੇ ਲਈ ਬੇ ਜ਼ਿੱਦ ਸਤ ਇਸ ਸਾਲ 1923 ਦੇ ਪਿਛਲੇ ਅੱਧ ਦੀ ਗੱਲ ਹੈ ਉਸਨੇ ਆਪਣੇ ਪਰਿਵਾਰ ਤੋਂ ਅਲਹਿਦਾ ਹੋ ਕੇ ਕਰੀਬ 6 ਮਹੀਨੇ ਕਾਂਪੂਰ ਗੁਜ਼ਾਰੇ ਜਿੱਥੇ ਉਸਨੇ ਇੱਕ ਮਸ਼ਹੂਰ ਰਾਸ਼ਟਰਵਾਦੀ ਅਤੇ ਪ੍ਰਤਾਪ ਅਖਬਾਰ ਦੇ ਸੰਪਾਦਕ ਗણેਸ਼ ਸ਼ੰਕਰ ਵਿਦਿਆਰਥੀ ਤੋਂ ਪੱਤਰਕਾਰੀ ਦੀ ਕਲਾ ਸਿੱਖਣੀ ਆਰੰਭ ਕੀਤੀ ਅਤੇ ਕਾਕੂਰੀ ਗਰੁੱਪ ਦੇ ਨਾਲ-ਨਾਲ ਮਸ਼ਹੂਰ ਹਿੰਦੁਸਤਾਨ ਰਿਪਬਲਿਕਨ ਐਸੋਸੀਏਸ਼ਨ ਦੇ ਨਾਲ ਆਪਣੇ ਮੁੱਢਲੇ ਸੰਪਰਕ ਸਥਾਪਿਤ ਕੀਤੇ ਉਸ ਸਰਗਰਮ ਇਨਕਲਾਪੀ ਲਹਿਰ ਦੇ ਵਿੱਚ ਕੁੱਤਪਿਆ ਅਤੇ ਬਾਅਦ ਦੇ ਵਿੱਚ ਸੁਖਦੇਵ ਦੇ ਸਹਿਯੋਗ ਨਾਲ ਪੰਜਾਬ ਦੇ ਵਿੱਚ ਹਿੰਦੁਸਤਾਨ ਦੀ ਪਬਲਿਕਨ ਐਸੋਸੀਏਸ਼ਨ ਦੀ ਕਾਈ ਕਾਇਮ ਕਰਨ ਦੇ ਵਿੱਚ ਪੂਰੀ ਸਰਗਰਮੀ ਦੇ ਨਾਲ ਸ਼ਾਮਲ ਹੋ ਗਿਆ ਕ੍ਰਾਂਤੀਕਾਰੀ ਸਰਗਰਮੀਆਂ 1924 ਦੇ ਵਿੱਚ ਸ਼ੁਰੂ ਘਰ ਵਿੱਚ ਵਾਪਸ ਆਉਣ ਤੋਂ ਤੁਰੰਤ ਬਾਅਦ April 1924 ਦੇ ਵਿੱਚ ਉਸ ਨੂੰ ਰੂਪਕੋਸ਼ ਹੋਣਾ ਪਿਆ ਵਜੈਸੀ ਕੇ ਜਤੋਦੇ ਮੋਟੇ ਦੇ ਸੰਪੰਦ ਵਿੱਚ 570 ਗ੍ਰਹਿਆਂ ਦਾ ਇੱਕ ਵੱਡਾ ਚੌਥਾ ਗੁਰਦੁਆਰਾ ਗੰਸਾ ਨੂੰ ਉਜਾਰਿਆ ਸੀ 1926 ਦੇ ਮੋਟੇ ਦੇ ਵਿੱਚ ਹੀ ਉਸਨੇ ਰਾਮਚੰਦਰ ਭਗਵਤੀ ਚਰਨ ਪੋਹੜਾ ਸੁਖਦੇਵ ਅਤੇ ਹੋਰ ਸਾਥੀਆਂ ਨਾਲ ਚੱਲ ਕੇ ਨੋਟਵਨ ਭਾਰਤ ਸਭਾ ਬਣਾ ਲਈ ਕ੍ਰਾਂਤੀਕਾਰੀਆਂ ਵਾਸਤੇ ਸੰਸਥਾਿਕ ਖੁੱਲਾ ਤੇ ਜਨਤਕ ਮੰਚ ਸੀ ਇਹ ਸੰਸਥਾ ਸਮਾਜ ਸੁਧਾਰ ਅਤੇ ਸੰਪਰਦਾਇਕ ਸਤਿਭਾਵਨਾ ਦੇ ਇੱਕ ਵਿਸ਼ਾਲ ਉਦੇਸ਼ ਨੂੰ ਪਨਾਈ ਹੋਈ ਸੀ ਜਦੋਂ ਉਹ ਇਨਕਲਾਬੀ ਸਰਗਰਮੀਆਂ ਦੇ ਵਿੱਚ ਪੂਰੀ ਤਰ੍ਹਾਂ ਰੁੱਝਿਆ ਹੋਇਆ ਸੀ ਤਾਂ ਉਸ ਨੂੰ 29 ਮਈ 1927 ਨੂੰ ਲਾਹੌਰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਅਤੇ 4 ਜੁਲਾਈ 1927 ਤੱਕ ਹਿਰਾਸਤ ਦੇ ਵਿੱਚ ਰੱਖਿਆ ਫਿਰੋਜ਼ਦਾ ਪਿਤਾ ਸਰਦਾਰ ਗ੍ਰੀਸ਼ਣ ਸਿੰਘ 60000 ਰੁਪਏ ਦਾ ਮੁਕੱਲਾਕਾ ਪਰ ਕੀ ਉਸ ਨੂੰ ਜ਼ਮਾਨਤ ਤੇ ਰਿਹਾਅ ਕਰਬੋਂ ਦੇ ਵਿੱਚ ਕਾਮਯਾਬ ਹੋਇਆ 3 ਮਹੀਨਿਆਂ ਮਗਰੋਂ 1929 ਦੇ ਸ਼ੁਰੂ ਵਿੱਚ ਆਗਰਾ ਦੇ ਵਿੱਚ ਇੱਕ ਫਟਾਕਾ ਘਟ ਹੋਇਆ 8ਪੈਲ 1929 ਨੂੰ ਭਗਤ ਸਿੰਘ ਅਤੇ ਬੀਕੇ ਦੱਤ ਨੇ ਕੇਂਦਰੀ ਅਸੈਂਬਲੀ ਦੇ ਵਿੱਚ ਦੋ ਬੰਬ ਸੁੱਟੇ। ਇਹ ਬੰਬ ਕਿਸੇ ਨੂੰ ਜਾਣੀ ਨੁਕਸਾਨ ਪਹੁੰਚਾਉਣ ਦੇ ਮਕਸਦ ਨਾਲ ਨਹੀਂ ਸੁੱਟੇ ਗਏ। ਉਹਨਾਂ ਨੇ ਪੁਲਿਸ ਨੂੰ ਆਪਣੀ ਗ੍ਰਫਤਾਰੀ ਦੇ ਦਿੱਤੀ। ਤਮਾਕੇ ਤੋਂ ਬਾਅਦ ਫਿਰ ਇਸ ਤਿਹਾਰ ਸੁੱਟੇ ਗਏ ਜਿਨ੍ਹਾਂ ਦਾ ਵਿੱਚ ਐਲਾਨ ਕਰ ਦਿੱਤਾ ਗਿਆ ਕਿ ਸਿਰਫ ਪੋਲੀ ਹਕੂਮਤ ਦੇ ਕੰਨਾਂ ਤੱਕ ਆਪਣੀ ਆਵਾਜ਼ ਪਹੁੰਚਾਉਣ ਦੇ ਲਈ ਤਿਆਰ ਕੀਤਾ। ਉਹਨਾਂ ਨੇ ਮੁਕਦਮੇ ਦੌਰਾਨ ਅਦਾਲਤ ਦੇ ਵਿੱਚ ਕਲੰਬਾ ਚੁੜਾ ਬਿਆਨ ਦਿੱਤਾ ਇਸ ਦੇ ਵੇਚੋਂ ਨਨ ਕਲਬ ਅਤੇ ਤਮਾਕੇ ਤੋਂ ਬਾਅਦ ਲਾਇਕ ਨਾਰਨ ਕਲਬ ਜਿੰਦਾਬਾ ਜੋ ਪੂਰੇ ਮੁਲਕ ਦੇ ਵਿੱਚ ਗੂੰਜ ਉਠਿਆ ਸੀ ਦੇ ਸੰਕਲਪ ਨੂੰ ਬਿਆਨ ਕੀਤਾ। ਛੇਤੀ ਹੀ ਉਸ ਦੇ ਜ਼ਿਆਦਾਤਰ ਸਾਥੀ ਗ੍ਰਿਫਤਾਰ ਕਰ ਲਏ ਗਏ। ਹਾਲਾਂਕਿ ਪਗਤ ਸਿੰਘ ਅਤੇ ਬੀਕੇ ਧੱਤੂ ਪਹਿਲਾਂ ਹੀ ਉਮਰ ਕੈਦ ਹੋ ਚੁੱਕੇ ਸੀ ਪਰ ਉਹਨਾਂ ਨੇ ਲਾਹੌਰ ਸਾਟਿਸ਼ ਕੇਸ ਅਧੀਨ ਆਪਣੇ ਹੋਰ ਸਾਥੀਆਂ ਸਮੇਤ ਇੱਕ ਹੋਰ ਮੁਕਤਮੇ ਦਾ ਸਾਹਮਣਾ ਵੀ ਕੀਤਾ। ਜੇਲ੍ਹ ਦਾ ਸਫ਼ਰ ਜੇਲ੍ਹ ਦੇ ਵਿੱਚ ਹੁੰਦਿਆਂ ਮਨਵ ਪਾਤੀ ਵਿਹਾਰ ਨੂੰ ਆਪਣੇ ਅਧਿਕਾਰ ਵਜੋਂ ਸਿੱਧਕੇ ਨਿਫਾਸ ਤੇ ਉਹਨਾਂ ਨੂੰ 2 ਮਹੀਨਿਆਂ ਤੋਂ ਵੀ ਜ਼ਿਆਦਾ ਲੰਬੇ ਸਮੇਂ ਤੇ ਲਈ ਭੁੱਖ ਹੜਤਾਲ ਕਰਨੀ ਪਈ। ਇਸ ਸੰਕਸ਼ਟ ਦੌਰਾਨ ਉਹਨਾਂ ਨੂੰ ਆਪਣੇ ਇੱਕ ਪਿਆਰੇ ਸਾਥੀ ਅਤੇ ਬੰਪ ਬਨਉਣ ਦੇ ਮਾਹਰ ਜਤਿਨ ਦਾਸ ਦੀ ਕੁਰਬਾਨੀ ਵੀ ਦੇਣੀ ਪਈ। ਫਿਰ ਕਿਤੇ ਜਾ ਕੇ ਉਹ ਲੋਕਾਂ ਦੀ ਹਾਰਦਿਕ ਹਮਦਰਦੀ ਪ੍ਰਾਪਤ ਕਰਨ ਤੇ ਵਿੱਚ ਕਾਮਯਾ ਫੁਏ ਉਹਨਾਂ ਮੁਕਦਮੇ ਦਾ ਸਾਹਮਣਾ ਕੀਤਾ ਸਗੋਂ ਇੱਕ ਕਹਿ ਲਵੋ ਕਿ ਇਨਕਲਾਬੀ ਨਾਰੇ ਮਾਰਦੇ ਆ ਉਹਨਾਂ ਮੁਕਦਮੇ ਦਾ ਨੰਦ ਮਾੜਿਆ ਉਹ ਮੈਤੀ ਫਸ ਲੈਨਿਨ ਦਿਵਸ ਕਾਕੋਰੀ ਦਿਵਸ ਅਤੇ ਇਹੋ ਜਿਹੇ ਹੋਰ ਕਈ ਸਾਰੇ ਦਿਵਸ ਮਨਾ ਕੇ ਇਸ ਮੁਕਦਮੇ ਤੇ ਜਸ਼ਨ ਮਨਉਦੇ ਸਨ ਅਦਾਲਤੀ ਕਾਰਵਾਈਆਂ ਦੌਰਾਨ ਆਪਣੇ ਬਚਾਅ ਦੇ ਵਿੱਚ ਉਹਨਾਂ ਦੀ ਦਿਲਚਸਪੀ ਬਹੁਤ ਘੱਟ ਸੀ ਸਗੋਂ ਉਹਨਾਂ ਦਾ ਨਿਸ਼ਾਨਾ ਸਿਰਫ ਸਾਰੇ ਮਾਮਲੇ ਨੂੰ ਇੱਕ ਡਰਾਮੇ ਵਜੋਂ ਨੰਗਾ ਕਰਨ ਦਾ ਸੀ ਮੁਕਦਮੇ ਦੇ ਫੈਸਲੇ ਦੀ ਮਿਤੀ 7 ਅਕਤੂਬਰ 1930 ਤੋਂ 23 ਮਾਰਚ 1931 ਤੱਕ ਕੁਝ ਲੋਕ ਹਿਤੂ ਦਲੇਰ ਵਕੀਲਾਂ ਦੁਆਰਾ ਭਾਰਤ ਅਤੇ ਇੰਗਲੈਂਡ ਦੀ ਪ੍ਰੀਵੀ ਕੌਂਸਲ ਦੇ ਵਿੱਚ ਅਨੇਕਾਂ ਅਪੀਲਾਂ ਕੀਤੀਆਂ ਗਈਆਂ। ਇਹਨਾਂ ਦੇ ਵਿੱਚੋਂ ਇੱਕ ਅਪੀਲ ਮੁਲਜ਼ਮਾਂ ਦੇ ਵੱਲੋਂ ਨਹੀਂ ਸੀ ਕੀਤੀ ਗਈ। ਇਹ ਸਾਰੀਆਂ ਅਪੀਲਾਂ ਕਾਨੂੰਨੀ ਨੁਕਤਿਆਂ ਤੇ ਆਧਾਰਿਤ ਸਨ। ਫਾਂਸੀ ਦਾ ਰਸਾ ਚੁੰਮਣ ਅਪਗਤ ਸਿੰਘ, ਸੁਖਦੇਵ ਅਤੇ ਰਾਜਗੁਰੂ ਨੇ 20 ਮਾਰਚ 1931 ਨੂੰ ਪੰਜਾਬ ਦੇ ਗਵਰਨਰ ਨੂੰ ਇੱਕ ਚਿੱਠੀ ਲਿਖੀ। ਇਸ ਚਿੱਠੀ ਦੇ ਵਿੱਚ ਉਹਨਾਂ ਬੇਨਤੀ ਕੀਤੀ ਕਿ ਉਹਨਾਂ ਨੂੰ ਫਾਂਸੀ ਲਾਉਣ ਦੀ ਬਜਾਏ ਫੌਜੀ ਦਸਤੇ ਦੇ ਵਜੋਂ ਗੋਲੀ ਦੇ ਨਾਲ ਉਟਾਇਆ ਜਾਏ ਕਿਉਂਕਿ ਉਹਨਾਂ ਨੂੰ ਇੰਗਲੈਂਡ ਤੇ ਸ਼ੈਨਸ਼ਾਹ ਦੇ ਖਿਲਾਫ ਜੰਗ ਛੇੜਨ ਦੇ ਦੋਸ਼ੀ ਠਹਿਰਾਇਆ ਗਿਆ ਇਸ ਕਰਕੇ ਉਹ ਜੰਗੀ ਕੈਦੀ ਨੇ ਅਖੀਰ ਹਕੂਮਤ ਨੇ ਉਹਨਾਂ ਨੂੰ 23 ਮਾਰਚ 1931 ਨੂੰ ਸ਼ਾਮ 7 ਵਜੇ ਫਾਂਸੀ ਲਾਉਣ ਦਾ ਫੈਸਲਾ ਕਰ ਲਿਆ ਪਰ ਇਹ ਖਬਰ 24 ਮਾਰਚ ਦੀ ਸਵੇਰ ਨੂੰ ਨਸ਼ਰ ਕੀਤੀ ਜਾਣੀ ਸੀ 3 ਮਾਰਚ ਨੂੰ ਸ਼ਹੀਦਾਂ ਦੇ ਪਰਿਵਾਰਾਂ ਨੂੰ ਅਧਿਕਾਰੀਆਂ ਦੇ ਅੜੀਲ ਵਤੀਰੇ ਦੇ ਕਾਰਨ ਆਪਣੇ ਵਿਛੜ ਰਹੇ ਪਿਆਰਿਆਂ ਨੂੰ ਆਖਰੀ ਵਾਰ ਮਿਲਣ ਦਾ ਮੌਕਾ ਵੀ ਨਾ ਮਿਲਿਆ ਉਹ ਨਾਰੇ ਮਾਰਤੇ ਦੇਸ਼ ਭਗਤੀ ਦੇ ਗੀਤ ਗੋਂਦੇ ਅਤੇ ਮੌਤ ਤੇ ਨਿਆਂਹੀਣ ਫੈਸਲੇ ਸੁਣਾਉਣ ਵਾਲੇ ਨਿظام ਦਾ ਮੂਚੜ ਹੋਤੀ ਹੋਏ ਫਾਸੀ ਦੇ ਤਖਤੇ ਤੇ ਜਾ ਚੜੇ